ਅਸਲਾਮ ਅਲੈਕਮ। ਅੱਜ ਹੀ ਅਸਾਂ ਕੋਈ ਸੌਦਾ ਸੈਲਫ ਲੈਣ ਜੁਲੇ ਆ ਕੀਲਮ ਫਾਰਮ, ਤਾਂ ਅਸਾਂ ਆਇਆ ਚਲੋ ਤੁਸਾਂ ਵੀ ਜੁਲੋ, ਅਸਾਂ ਨੇ ਨਾਲ ਤੱਕਣੀਆਂ ਉੱਥੇ ਕਹਿ ਕੁਝ ਫਰੈਸ਼ ਸਬਜ਼ੀਆਂ ਨੇ ਕਹਿ ਚੀਜ਼ਾਂ, ਫਿਰ ਮੁੜੀ ਆਣੀ ਤਾਂ ਉਹ ਕੋਈ ਰੈਸਪੀ ਬਣਾਉਣੀ ਹੈ, ਉੱਥੋਂ ਕੋਈ ਚੀਜ਼ ਆਣਨੀ ਹੈ ਜੀ ਬਾਈ। ਖੁਸ਼ ਹੋਣੇ ਰਹਿਣੇ ਆ, ਫਿਰ ਉਸ ਤੋਂ ਬਾਅਦ ਅਸਾਂ ਫਿਰ ਕੋਈ ਸ਼ਾਪਿੰਗ ਕਰਨੀ ਆ, ਫਿਰ ਉਸ ਕੀ ਤੱਕੀ ਗਿਆ ਖੁਸ਼ ਹੋਣੇ ਆ। ਤੱਕੋ ਆਲੂਆਂ ਨਾਲ ਮਿੱਟੀ ਲੱਗੀ ਵੀ ਇਸਨੇ 'ਚ ਬੜੀਆਂ ਫਰੈਸ਼ ਸਾਰੀਆਂ ਚੀਜ਼ਾਂ ਹੋਣੀਆਂ ਨੇ ਫਰੈਸ਼ ਸਾਰੀਆਂ ਚੀਜ਼ਾਂ, ਬੇਬੀ ਪੈਚੋ ਬੜੇ ਨਿੱਕੇ, ਕੈਰਟ ਸਬਜ਼ੀਆਂ, ਸਾਰਾ ਕੁਝ ਫਰੈਸ਼। ਨਾਈਸ ਬਿਊਟੀਫੁਲ ਫਰੈਸ਼ ਸਾਰੀਆਂ, ਇਹਨਾਂ ਨਾਲ ਨਹੀਂ ਦਵਾਈਆਂ ਸ਼ਵਾਈਆਂ ਤਾਂ ਨਹੀਂ ਲੱਗੀਆਂ। ਆਹੀ ਨਾ ਹੁਣ ਮੈਂ ਆਪਣੇ ਗਮਲਿਆਂ ਚ ਲਾਈ ਨਾ ਮਾਇਆ, ਗਮਲਿਆਂ ਇਹ ਬੇਬੀ ਅੱਜ ਹੀ ਵਾਸਤੇ ਚਾਹੀ ਲਵਾਉਣਾ, ਸਕੂਲ ਗਈ ਆ ਮੁੜੀ, ਐਸੀ ਖੁਸ਼ ਹੋਈ ਜੈਸੀ। ਇਹ ਦੇਖੋ ਅੱਜ ਹੀ ਵਾਸਤੇ।
ਹਨੀ ਇਹਨਾਂ ਨੇ ਜਿਹੜਾ ਨਾ ਇਹ ਬੜਾ ਸਹੀ ਹੋਣਾ ਇੱਥੇ, ਇਹ ਯੋਰਕਸ਼ਾਇਰ ਨਾਲ ਸਹੀ, ਅਸਾਂ ਇੱਥੋਂ ਖੜਨੀ ਹੋਣੀ ਆ। ਇਹ ਤੱਕੋ ਮਾੜੀ ਬੈਸਟ ਸ਼ਾਪਿੰਗ, ਇਤਨੀ ਸੋਹਣੀ ਖੁਸ਼ਬੂ ਹੈ ਮੋਤੀਏ ਨਹੀਂ ਕਿ ਬੰਦਾ ਬੇਹੋਸ਼ ਹੋਈ ਜਾਏ। ਤੇ ਅਸਾਂ ਇੱਥੋਂ ਜਿਹੜਾ ਨਾ ਪੌਦੇ ਵੀ ਖੜਨੇ ਹੋਣੇ ਆ, ਉਹ ਨਾਲ ਇਹਨਾਂ ਨੇ ਬੁਣਨੇ ਇੱਧਰ ਰਹਿਣਾ, ਤਾਂ ਅਸਾਂ ਜ਼ਹਿਨ ਤੰਮੇ ਦੋਏ ਤਾਂ ਉਹ ਵੀ ਸਹੀ ਵਿਜ਼ਿਟ ਕਰਾਸਾਂ ਕਿ ਜਿਲ੍ਹਾ ਥੋੜ੍ਹਾ ਸਮਰ ਸ਼ੁਰੂ ਹੋਵੇ ਨਾ, ਹਫ਼ਤੇ ਦੋ ਹਫ਼ਤੇ ਦੀਆਂ ਇਨਸ਼ਾ ਅੱਲਾਹ। ਅਸਲਾਮ ਅਲੈਕਮ, ਅਸਾਂ ਜੀ ਗਏ ਸਾਂ ਸੌਦਾ ਸਲਫ ਲੈਣ, ਤਾਂ ਵਾਪਸ ਆਏ ਹਾਂ, ਤਾਂ ਹੁਣ ਅਸਾਂ ਇਹ ਡਿਸਾਈਡ ਕੀਤਾ ਕਿ ਅਸਾਂ ਦਾਲ ਚਾਵਲ ਬਣਾਉਣੇ ਹੈ ਜੀ। ਅਨਮ ਵੀ ਆਉਣੀ ਸੀ, ਦਾਲ ਚਾਵਲ ਬਣਾਓ, ਤਾਂ ਦਾਲ ਚਾਵਲ ਬਣਾਉਣੇ ਹੈ, ਤਾਂ ਹੁਣ ਤੱਕ ਅਸਾਂ ਕਿਸ ਤਰ੍ਹਾਂ ਬਣਾਉਣੇ ਆ ਦਾਲ ਚਾਵਲ, ਮੈਂ ਡਿਫਰੈਂਟ ਤਰੀਕੇ ਨਾਲ ਜੇ ਢਾਬਾ ਸਟਾਈਲ ਜੀ। ਅੱਛਾ ਜੀ, ਹੁਣ ਅਸਾਂ ਇਹ ਦਾਲ ਜਿਹੜੀ ਬਣਾਉਣਗੇ ਆ ਨਾ, ਇਹ ਮੈਂ ਲਈ ਆ ਮਸਾਂ ਦੀ ਦਾਲ 2 ਕੱਪ ਇਹ ਵਾਲੇ, ਤੇ 1 ਕੱਪ ਜਿਹੜੀ ਹੈ ਛੋਲਿਆਂ ਦੀ ਦਾਲ, ਤੇ ਇਹ ਤਕਰੀਬਨ 1 ਪਾਓ ਜਿਹੜਾ ਵਾ ਨਾ ਉਹ ਇਸਨੇ ਵਿੱਚ ਚਿਕਨ ਬਾਸਾਂ, ਤੇ ਫਿਰ ਇਸ ਕੀ ਬਣਾਉਣੀ ਆ। ਤੇ ਦਾਲ ਕਈ ਬੰਦੇ ਜਿਹੜੇ ਨਾ ਉਹ ਛੋਲਿਆਂ ਦੀ ਦਾਲ ਜ਼ਿਆਦਾ ਲੈਣੇ, ਅਤੇ ਜੇ ਅਗਰ ਕੋਈ ਤੁਸਾਂ ਪਸੰਦ ਹੋਇਆ ਕਿ ਛੋਲਿਆਂ ਦੀ ਦਾਲ ਜ਼ਿਆਦਾ ਹੋਇਆ, ਫਿਰ ਤੁਸਾਂ 2 ਕੱਪ ਛੋਲਿਆਂ ਨੂੰ ਚਾਹੀ ਲਓ, 1 ਕੱਪ ਮਸਰਾਂ ਨੂੰ ਚਾਹੀ ਲਓ। ਮੈਂ ਜ਼ਿਆਦਾ ਅਸਾਂ ਮਸਰਾਂ ਦੀ ਦਾਲ ਪਸੰਦ ਕਰਨੀ ਆ, ਤਾਂ ਇਹ ਜਿਹੜੀ ਯੈਲੋ ਦਾਲ ਹੋਣੀ ਆ, ਅਨਮ ਤਾਂ ਇਹ ਮਾੜੇ ਬੱਚੇ ਸਾਰੇ ਆਉਣੇ ਹੋਣੇ, ਯੈਲੋ ਦਾਲ ਬਣਾਓ ਮੰਮਾ, ਤਾਂ ਯੈਲੋ ਜਿਹੜੀ ਹੈ ਇਹ, ਤਾਂ ਬਾਕੀ ਉਹ ਜਿਹੜੀ ਮੈਂ ਲਾਈ ਸੀ ਤਾਰਕ ਮਹਿਮੂਦ ਅਲੀ, ਉਹ ਤਾਂ ਸਹੀ ਅੰਡਰਸਟੈਂਡ ਕੀਤਾ ਹੋਇਆ, ਕਿਉਂਕਿ ਬੱਚੇ ਹੋਣੇ ਨਾ ਜਿਲ੍ਹਾ ਨਹੀਂ ਬੋਲਣੇ ਹੋਣੇ ਨਾ, ਤਾਂ ਉਹ ਫਿਰ ਵੀ ਜਿਹੜੇ ਮਾਵਾਂ ਹੋਣੀਆਂ ਉਹਨਾਂ ਨੂੰ ਸਮਝ ਆ ਜਾਣੀ, ਆਪਾਂ ਤੋਤਲੀ ਜੀ ਜ਼ਬਾਨ ਨਾਲ ਵੀ ਸਮਝ ਆ ਜਾਣੀ ਹੈ, ਤੁਸਾਂ ਇਸ ਤਰ੍ਹਾਂ ਮੀ ਅੰਡਰਸਟੈਂਡ ਕੀਤਾ ਹੋਇਆ ਕਿ ਮੈਂ ਇਹ ਆਉਣਾ ਚਾਹੀਆਂ ਹੈ ਜੀ। ਤਾਂ ਥੈਂਕ ਯੂ ਤੁਸਾਂ ਸਾਰਿਆਂ ਨਾਲ, ਬਹੁਤ ਹੀ ਪਸੰਦ ਕੀਤਾ ਸਾਰਿਆਂ, ਤਾਂ ਬੜੇ ਅੱਛੇ ਅੱਛੇ ਮੈਸੇਜ ਵੀ ਕੀਤੇ ਸਾਰਾ, ਉਹ ਮੈਂ ਬਸ ਸਿੰਪਲ ਜਿਹਾ ਬੰਦਾ ਵਾਂ, ਆਪਣੀ ਸਿੰਪਲ ਜਿਹੀ ਚੀਜ਼ਾਂ ਨਾਲ ਸਮਝਾਇਆ, ਮੈਂ ਇਤਨਾ ਮੁਸ਼ਕਲ ਨਾ ਤਾਂ ਹੁਣ ਮੈਂ ਕਿਹਾ ਇਸ ਨਾ ਕਰਾਂ ਬਈ, ਇਸ ਕੀ ਸਿੱਧਾ ਇਸ ਨਾਲ ਨਾ ਰੱਖੋ ਪਾਕਿਸਤਾਨੀ ਜਿਹੜਾ ਨਾ, ਤੇ ਤਾਰਕ ਮਹਿਮੂਦ ਨਾ ਰੱਖੋ ਇਸ ਨਾਲ ਆਣੀਆਂ ਨਾ ਅੰਮਾ, ਤੂੰ ਸਹੀ ਆਇਆ, ਤੇ ਤੁਸਾਂ ਵੀ ਸਹੀ ਅੰਡਰਸਟੈਂਡ ਕੀਤਾ ਕਿ ਮੈਂ ਇਹ ਆਉਣਾ ਚਾਹੁੰਦੀ ਹਾਂ। ਤੇ ਚਲੋ ਅੱਜ ਨਹੀਂ ਅਸਾਂ ਆਪਣੀ ਸਿੰਪਲ ਜੀ ਖੜੀ ਦਰਬਾਰ ਵਾਲੀ ਦਾਲ ਬਣਾਉਣੀ ਆ, ਤਾਂ ਉਹ ਵੀ ਆਂਡੀ 'ਚ ਬਣਾਸਾਂ, ਮਿੱਟੀ ਵਾਲੀ ਆਂਡੀ 'ਚ। ਆਂਡੀ ਅਸਾਂ ਆਪਣੀ ਚੜ੍ਹਾਈ ਛੋੜੀ ਹੈ, ਹੁਣ ਇਸਨੇ ਪਾਇਆ ਆਇਲ, ਆਇਲ ਤੁਸਾਂ ਆਪਣੇ ਹਿਸਾਬ ਨਾਲ ਪਾਉਣਾ, ਮੈਂ 1/2 ਕੱਪ ਤਕਰੀਬਨ ਇਸਨੇ ਪਾਇਆ, ਤਾਂ ਕੁਝ ਜ਼ਿਆਦਾ ਬੰਦੇ ਖਾਣੇ ਕੁਝ ਥੋੜ੍ਹਾ ਖਾਣੇ,
ਤੇ ਇੱਕ ਖਾਣੇ ਨੀ ਚਮਚ ਜਿਹੜੀ ਆ ਅਦਰਕ ਤੇ ਥੋਮ ਆਂਡੀ ਨਵੀਂ ਹੈ ਨਾ, ਬਿਲਕੁਲ ਨਵੀਂ ਆਂਡੀ ਜਿਲ੍ਹਾ ਫਸਟ ਟਾਈਮ ਚੜਾਓ ਨਾ ਤਾਂ ਇਸਕੀ ਜਿਹੜਾ ਨਾ ਪਾਣੀ ਸੇੜੀ ਛੋੜੋ, ਰਾਤੀ ਪੂਰੀ ਸਿੱਜੀ ਰਵੇ। ਅਸਾਂ ਜਿਲ੍ਹਾ ਪਾਕਿਸਤਾਨ ਹੋਣੇ ਸਾਂ ਘੜੇ ਤੇ ਇਹ ਆਂਡੇ ਹੋਣੇ ਸਾਂ ਤਾਂ ਉਪਰਾਤਾਂ ਆਟਾ ਗੁੰਨੇ ਵਾਲੀਆਂ ਇਹ ਉਹ ਤਾਂ ਅੰਮੀ ਦੱਸਣੇ ਹੋਣੇ ਸਿਰਫ ਇੰਨੇ ਸੇੜੀ ਛੋੜੋ ਕੋਈ ਨਹੀਂ ਤਾਂ ਫਿਰ ਇਹ ਜਿਹੜਾ ਆਈਆਂ ਚੁੱਲ੍ਹੇ ਪਰ ਚਾੜ ਉਹਨਾਂ ਦਾ ਫਿਰ ਆਇਲ ਬਾਹੋ ਨਾ ਤਾਂ ਉਹ ਆਇਲ ਚੂਸਣੀਆਂ ਤਾਂ ਫਿਰ ਟੁੱਟੀ ਜਾਣੀਆਂ ਤਾਂ ਉਹ ਪਹਿਲੇ ਜਿਹੜਾ ਨਾ ਇਸਕੀ ਪਾਣੀ ਸੇੜੀ ਛੋੜੋ। ਤਾਂ ਉਹ ਪਤਾ ਨਾ ਲਾਈ ਤਾਂ ਤੂਆ ਜਿਹਾ ਅਸਾਂ ਰੱਖੀ ਛੋੜਨੀਆਂ ਹੋਣੀਆਂ ਸਾਂ ਜਿਸ ਤਰ੍ਹਾਂ ਮਿੱਟੀ ਨਾਲ ਇਤਨੀ ਸੋਹਣੀ ਜਿਹੀ ਮਿੱਟੀ ਅਸਾਂ ਜਾਈ ਤਾਂ ਆਣਨੇ ਹੋਣੇ ਸਾਂ ਉਧਰੋਂ ਕੁਧਰੋਂ ਆਏ ਜੁਲੋ ਜੀ ਬੜੀ ਸੋਹਣੀ ਜੀ ਜਿਹੜੀ ਸੁਰਖ ਸੁਰਖ ਮਿੱਟੀ ਹੈ ਉਹ ਆਣਨੀਆਂ ਸਾਂ ਤਾਂ ਰੱਖੀ ਛੋੜਨੀਆਂ ਹੋਣੀਆਂ ਸਾਂ ਤਾਂ ਭਾਂਡੇ ਧੋਈ ਤਾਂ ਉਹਨਾਂ ਕੀ ਤੂਆ ਛੂਆ ਲਾਈ ਕਹਿ ਤਾਂ ਉਹ ਅਸਾਂ ਨੀ ਇੱਕ ਘਰ ਹੋਣੇ ਸਨ ਨਹਾਈਆਂ ਤਾਂ ਵਿੱਚ ਦਰਮਿਆਨ ਚ ਇੱਕ ਕੰਧ ਹੋਣੀ ਸੀ ਜਿਸ ਤਰ੍ਹਾਂ ਨਾਲ ਲੈ ਲਿਆ ਤਾਂ ਅਸਾਂ ਦੋਵਾਂ ਦਰਮਿਆਨ ਥੋੜ੍ਹੀ ਜੀ ਤਾਂ ਅਸਾਂ ਉਸਨੇ ਪਰ ਧੋਈ ਤਾਂ ਸਾਰੇ ਭਾਂਡੇ ਪੁੱਠੇ ਮਾਰਨੇ ਹੋਣੇ ਸਾਂ ਬਈ ਚਮਕਾਈ 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 ਤਾਂ ਬਈ ਉਹ ਨਾਲ ਵਾਲੇ ਜਿਹੜੇ ਨਾ ਉਹਨਾਂ ਕੋਲੋਂ ਅਸਾਂ ਨੇ ਚਿੱਟੇ ਵੈਨ ਭਾਂਡੇ ਤੱਕ ਉਹਨਾਂ ਕਹਿ ਕੰਪੀਟੀਸ਼ਨ ਅਸਾਂ ਨਾ ਹੋਣਾ ਸੀ ਨਾਲ ਵਾਲੇ ਚਾਹੀਦੇ ਸਿਲਵਰ ਨੇ ਭਾਂਡੇ ਅੱਧੇ ਤਾਂ ਅਸਾਂ ਘਸਾਈ ਛੋਟੀਆਂ ਸਾਂ ਧੋਈ ਧੋਈ ਕਹਿ ਬਈ ਅਸਾਂ ਨੇ ਜ਼ਿਆਦਾ ਚਿੱਟੇ ਵੈਨ ਸੋਹਣੇ ਹੋਏ ਤਾਰਾਂ ਨਾਲ ਮਾਂਝੀ 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 ਤਾਂ ਫਿਰ ਅਸਾਂ ਰੱਖਣੀਆਂ ਹੋਣੀਆਂ ਸਾਂ ਮਿੱਟੀ ਲਾਈ ਤਾਂ ਉਹਨਾਂ ਮਿੱਟੀ ਵੀ ਜਾਣੀਆਂ ਹੋਣੀਆਂ ਸਾਂ ਕੁਦਰਾ ਆਣਨੇ ਹੋਣੇ ਸਨ ਕੁਦਰਾ ਅੰਮੀ ਤੰਦੂਰ ਬਣਾਉਣੇ ਹੋਣੇ ਸਨ ਚੁੱਲ੍ਹੇ ਜਾਂ ਅੰਗੀਠੀਆਂ ਜਾਂ ਇਸ ਤਰ੍ਹਾਂ ਤਾਂ ਉਹ ਸਾਰੇ ਫਿਰ ਮੱਲੇ ਵਾਲੇ ਦੋ ਚਾਰ ਬੰਦੇ ਇਕੱਠੇ ਹੋਈ ਕੇ ਜਾਣੀਆਂ ਹੋਣੀਆਂ ਸਾਂ ਬਈ ਮਿੱਟੀ ਲਈ ਆਉਣਾ ਤਾਂ ਆਣੀ ਰੱਖੀ ਛੋੜਨੀਆਂ ਹੋਣੇ ਸਾਂ ਡੱਬੇ 'ਚ ਬਾਈ ਕਿਆ ਬਈ ਅਸਾਂ ਇਹ ਆਪਣੇ ਦੇਸਕੇ ਜਿਹੜੇ ਨਾ ਇੰਨਾ ਕੀ ਸਹੀ ਤਰ੍ਹਾਂ ਮਾਂਝੀ ਲਾਈ ਤਾਂ ਸੂਈ ਸੂਈ ਉੱਥੇ ਉੱਪਰ ਰਕਸਾਂ ਹੋਏ ਤਾਂ ਇਹ ਤਾਂ ਕੋਕੇ ਸ਼ੌਕ ਅਸਾਂ ਨੇ ਹੋਣੇ ਸਨ ਤਾਂ ਅੱਜ ਕੱਲ੍ਹ ਹੁਣ ਭਾਂਡਿਆਂ ਨਾ ਇੱਥੇ ਇੱਥੇ ਤਾਂ ਕੱਲ੍ਹ ਹੀ ਕੋਈ ਨਹੀਂ ਹੋਣੇ ਵਿਚਾਰੇ ਭਾਂਡੇ ਸੀ ਆਪਾਂ ਹੀ ਮੁੱਕੀ ਗਿਆ ਹੈ ਨੀ ਇਹ ਥੋੜ੍ਹਾ ਜਿਹਾ ਸਾਰਾ ਬਰਾਊਨ ਹੋਇਆ ਅਦਰਕ ਤੇ ਥੋਮ ਥੋਮ ਅਸਾਂ ਹੋ ਹੀ ਗਿਆ ਹੁਣ ਅਸਾਂ ਇਸਨੇ ਚ ਮਿਰਚਾਂ ਬਾਸਾਂ ਦੋ ਟੀਸਪੂਨ ਹਾਫ ਟੀਸਪੂਨ ਇਸਨੇ ਚ ਬਾਸਾਂ ਹਲਦੀ ਇੱਕ ਟੀਸਪੂਨ ਬਾਸਾਂ ਨਮਕ ਫਿਰ ਬਾਅਦ ਆਪਾਂ ਚੈੱਕ ਕਰਨੀ ਆ ਥੋੜ੍ਹਾ ਜਿਹਾ ਪਾਣੀ ਬਾਸਾਂ ਦੇ ਨਾਲ ਸਾਨੂੰ ਮਸਾਲਾ ਫੜੀ ਗਏ ਤਾਂ ਦੋ ਖਾਣੇ ਨੇ ਚਮਚ ਇਹ ਪਿਆਜ਼ ਬਰਾਊਨ ਪਿਆਜ਼ ਜਿਹੜਾ ਬਰਾਊਨ ਪਿਆਜ਼ ਨਹੀਂ ਬਰਾਊਨ ਉਹ ਹੀ ਬਰਾਊਨ ਇਹ ਬਾਸਾਂ ਹੁਣ ਅਸਾਂ ਇਸਨੇ ਚ ਚਿਕਨ ਬਾਸਾਂ ਇਹ ਇੱਕ ਮੈਂ ਚਿਕਨ ਬ੍ਰੈਸਟ ਲਿਆ ਸੀ ਨਿੱਕਾ ਨਿੱਕਾ ਇਸੀ ਕੱਟਿਆ ਇਹ ਤਕਰੀਬਨ ਵੇਟ ਚ 5 ਕਿਲੋ ਸੀ ਹੁਣ ਇਸਕੀ ਭੁਲਸਾਂ ਥੋੜ੍ਹਾ ਜਿਹਾ ਇਸਨੇ ਚ ਚਿਕਨ ਵੀ ਥੋੜ੍ਹਾ ਪੁੱਜੀ ਗਿਆ ਸਹੀ ਤਰ੍ਹਾਂ ਹੁਣ ਅਸਾਂ ਇਸਨੇ ਚ ਨਾ ਆਪਣੀਆਂ ਦਾਲਾਂ ਸ਼ਾਮਿਲ ਕਰਨੀਆਂ ਬਿਸਮਿਲ੍ਲਾ ਕਰੀ ਤਾਂ
3 ਮਿੰਟ ਪੱਕਿਆ ਨਾ ਇਸਨੇ ਨਾਲ ਤਾਂ ਫਿਰ ਪਾਣੀ ਇਸਨੇ ਪਾਣੀ ਖੁੱਲ੍ਹਾ ਸਾਰਾ ਦੇਗ ਭਰੀ ਕੇ ਤਾਂ ਫਿਰ ਇਸਕੀ ਪੱਕਣੇ ਵਾਸਤੇ ਛੋੜੀ ਛੁੱਟ ਸਾਂ ਫਿਰ ਤੱਕਣੀਆਂ ਬਿਹਤਰੀਨ ਜੀ ਦਾਲ ਬਣਸੀ ਅੱਜ ਹੁਣ ਅਸਾਂ ਇਸਨੇ 4 ਕੱਪ ਪਾਣੀ ਭਰਿਆ ਇੰਨਾ ਕਿ ਪੱਕਣ ਦੇ ਸਾਂ ਗੱਠਿਓ ਸਹੀ ਤਰ੍ਹਾਂ ਪੱਕਣ ਤਾਂ ਫਿਰ ਮੈਂ ਸਾਕੀ ਮਿਲ ਗਈ ਚੈੱਕ ਕਰੋ ਹਾਫ ਟੀ ਸਪੂਨ ਸੁੱਕਾ ਧਨੀਆ ਤੇ 2-3 ਲੌਂਗ ਤੇ ਹਾਫ ਟੀ ਸਪੂਨ ਕਾਲੀਆਂ ਮਿਰਚਾਂ ਇਹ ਸਾਰੀਆਂ ਗ੍ਰਾਇੰਡ ਕਰੀ ਕੇ ਇਸ ਨੇ ਚ ਪਾਉਣੀ ਮੈਂ ਤੁਸੀਂ ਦੱਸੀ ਲਵਾਂ ਨਾ ਤਾਂ ਕੁਛ ਆਇਆ ਸੀ ਬਈ ਯੈਲੋ ਦਾਲ ਕਿਸ ਤਰ੍ਹਾਂ ਬਣਾਉਣੀ ਉਹ ਦੱਸੋ ਇਹ ਮੈਂ ਉਸ ਬੰਦੇ ਦੀ ਫਰਮਾਇਸ਼ ਉੱਪਰ ਬਣਾ ਰਹੀ ਹਾਂ ਜਿਸ ਨੇ ਕਿ ਇਤਨਾ ਸੋਹਣਾ ਮੈਸੇਜ ਕੀਤਾ ਤੇ ਜਿਹੜੀ ਅਸਾਂ ਹਲਦੀ ਹੈ ਨਾ ਇਹ ਵੀ ਅਸਾਂ ਆਪੇ ਪਿਆਈ ਵੀ ਹੈ ਤੇ ਮਿਰਚਾਂ ਵੀ ਜਿਹੜੀਆਂ ਅਸਾਂ ਆਪੇ ਪਿਆਈਆਂ ਨਾ ਤੇ ਇਹ ਬਹੁਤ ਸਟਰੋਂਗ ਹਨ ਤੇ ਇਸ ਵਾਸਤੇ ਤੁਸੀਂ ਆਪਣੇ ਹਿਸਾਬੇ ਨਾਲ ਬਾਇਆ ਮੈਂ ਜ਼ਰਾ ਥੋੜ੍ਹੀ ਤਾਂ ਘੱਟ ਬਾਈ ਹੈ ਕਿ ਜ਼ਿਆਦਾ ਨਾ ਹੋ ਜਾਏ ਤਾਂ ਕਾਲੀਆਂ ਮਿਰਚਾਂ ਵੀ ਬਾਣੀਆਂ ਤੇ ਇਸ ਵਾਸਤੇ ਉਹਨੀ ਤੱਕੋ ਇਸਨੀ ਸ਼ਕਲ ਇਤਨੀ ਸੋਹਣੀ ਬਣੀ ਗਈ ਹੈ ਅਜੇ ਚਿਕਨ ਵੀ ਨਾਲ ਹੀ ਇਸਨੇ ਗਲਣਾ ਰਿਹਾ ਸੀ ਤਾਂ ਫਿਰ ਐਂਡ ਉੱਪਰ ਤੁਸੀਂ ਮੈਂ ਦੱਸਣੀ ਹੈ ਇਸ ਨਾਲ ਕਿਆ ਕਰਨਾ ਤੇ ਹੁਣ ਮਾੜਾ ਖਿਆਲ ਰੱਖਣਾ ਜੇ ਇਸ ਕੀ ਕਰਾਂ ਮੱਠੇ ਚੁੱਲ੍ਹੇ ਪਰ ਤਾਂ ਇੱਧਰ ਮੈਂ ਬਣਾਈ ਲਵਾਂ ਚਾਵਲ ਦਾਲ ਜੀ ਮੈਂ ਇੱਧਰ ਰੱਖੀ ਛੋੜੀ ਸੀ ਜ਼ਰਾ ਸਲੋ ਕੁੱਕ ਹੈ ਦਾਲ ਅਸਾਨੀ ਹੋਈ ਗਈ ਹੈ ਰੈਡੀ ਐ ਤੱਕੋ ਜੀ ਮੱਖਣ ਮਲਾਈ ਬਣੀ ਗਈ ਹੈ ਜੀ ਹੁਣ ਅਸਾਂ ਕਿਆ ਕਰਨਾ ਇਸਕੀ ਕਿ ਹੁਣ ਆਰਾਮ ਨਾਲ ਇਸਕੀ ਜਿਹੜਾ ਚਿਕਨ ਹੈ ਨਾ ਉਸਨੇ ਵਾਸਤੇ ਜ਼ਰਾ ਮਿਕਸ ਕਰਨਾ ਪੈਸੇ ਆਰਾਮੇ ਰਹਿ ਲਈ ਇਹਨਾਂ ਨਾਲ ਡੀਪ ਬਾਹਰ ਹੋਈ ਜਾਏ ਤੱਕੋ ਜੀ ਦਾਲ ਹੋਈ ਗਈ ਹੈ ਰੈਡੀ ਚਿਕਨ ਵੀ ਇਸਨੇ ਚ ਹੋਈ ਗਿਆ ਮਿਕਸ ਤੇ ਹੁਣ ਅਸਾਂ ਇਸ ਨਾਲ ਤੜਕਾ ਰੈਡੀ ਕਰਨੀ ਆ ਇੱਧਰ ਅਸਾਂ ਨੇ ਚਾਵਲ ਹੋਈ ਰਹੇ ਚਾਵਲ ਅਸਾਂ ਨੇ 4 ਕੱਪ ਸਨ ਤੇ ਅਸਾਂ ਇਸ ਨਾਲ ਪਾਣੀ ਨਾਪੀ ਕੇ ਜਿਸ ਤਰ੍ਹਾਂ ਡਬਲ ਮੈਂ ਤੁਸਾਂ ਕੀ ਦੱਸਿਆ ਉਸ ਤਰ੍ਹਾਂ ਪਾਣੀ ਬਾਹਰ ਜੇ ਫਿਰ ਕੋਈ ਉਸਨਾਂ ਦੀ ਗਲਤੀ ਨਹੀਂ ਗੁੰਜਾਇਸ਼ ਨਹੀਂ ਹੋਣੀ ਬਟਰ ਪਾਇਆ ਮੈਂ ਇਸਨੇ ਚ 2 ਚਮਚਾ ਖਾਣੇ ਨੀ ਆ ਤੇ ਹੁਣ ਇਸਨੇ ਚ
ਲਸਣੀਆਂ ਮਿਰਚਾਂ ਦੋ ਤਰੇ ਤੇ ਜ਼ੀਰਾ ਤਕਰੀਬਨ ਹਾਫ ਟੀਸਪੂਨ। ਕਿ ਹੱਥ ਮਾੜਾ ਇੱਧਰ ਪੁੱਠਾ ਸੀ, ਕੈਮਰੇ ਨੇ ਅੱਗੇ ਆਈ ਗਈਆਂ ਤਾਂ ਹੁਣ ਮੈਂ ਤੁਹਾਡੀ ਜ਼ਬਾਨੀ ਦੱਸਣੀ ਆ ਕਿ ਜ਼ੀਰਾ ਹਾਫ ਟੀਸਪੂਨ ਤੇ ਚਾਰ ਇਹ ਮਿਰਚਾਂ ਚਾਰ ਪੰਜ ਇਹਨਾਂ ਨਾਲ ਲਾਉਣੇ ਆ ਤੜਕਾ। ਅਸਾਂ ਦਾਲੀ ਕੀ ਦਾਲ ਅਸਾਂ ਬਣੀ ਆ ਬਿਲਕੁਲ ਲੀਨ ਨਹੀਂ ਤਰ੍ਹਾਂ। ਦਾਲ ਆਸਾਨੀ ਹੋਈ ਗਈ ਹੈ ਰੈਡੀ, ਹੁਣ ਅਸਾਂ ਤੁਹਾਨੂੰ ਦੱਸਣੀ ਹੈ ਇਹਨਾਂ ਦੀ ਫਾਈਨਲ ਸ਼ਕਲ। ਥੋੜ੍ਹਾ ਜਿਹਾ ਇਸਨੇ ਪਰ ਬਾਸਾਂ ਧਨੀਆਂ ਬਸ ਜੀ, ਦਾਲ ਆਸਾਨੀ ਬਿਲਕੁਲ ਰੈਡੀ ਹੋਈ ਗਈ ਹੈ। ਚਾਵਲ ਆਸਾਨੀ ਹੋਈ ਗਏ ਰੈਡੀ, ਇਹ ਮੈਂ ਥੋੜ੍ਹਾ ਸਾਰਾ ਬਟਰ ਬਾਈ ਤਾਂ ਬਣਾਏ ਸਨ ਜਿਸ ਤਰ੍ਹਾਂ ਤੜਕਾ ਜਿਹਾ ਹੋਣਾ ਇਸ ਤਰ੍ਹਾਂ। ਤੇ ਹੁਣ ਤੁਸੀਂ ਕੀ ਦੱਸਣੇ ਆ ਇਹਨਾਂ ਦੀ ਫਾਈਨਲ ਸ਼ਕਲ। ਮਾਸ਼ਾਅੱਲਾ ਜੀ, ਤੱਕੋ ਸਾਨੀ ਦਾਲ ਰੈਡੀ ਹੋਈ ਗਈ ਹੈ, ਚਾਵਲ ਵੀ ਰੈਡੀ ਹੋਈ ਗਏ। ਬਟਰ ਮੈਂ ਇਸ ਵਿੱਚ ਪਾਇਆ ਸੀ ਤਾਂ ਥੋੜ੍ਹਾ ਜਿਹਾ ਪਾਈ ਸੀ ਦਾਲਚੀਨੀ, ਉਸਨੇ ਥੋੜ੍ਹਾ ਜਿਹਾ ਇਹ ਦੂਆ ਜਿਹੜਾ ਕਹਿਣੀ ਨਾ ਸਟਾਰ ਨੀਸ ਤਾਂ ਇਸਨੀ ਵਜ੍ਹਾ ਤੋਂ ਥੋੜ੍ਹਾ ਜਿਹਾ ਜਿਹੜਾ ਨਾ ਇਹ ਇਸਕੀ ਬਟਰ ਨਾਲ ਰੰਗ ਜਿਹਾ ਲੱਗਿਆ ਇਸ ਤਰ੍ਹਾਂ ਉਹ ਤੁਸੀਂ ਨਜ਼ਰ ਰੱਖਣੇ ਹੋ ਸਨ। ਇਹ ਚਿੱਟੇ ਚਾਵਲ ਨਾਲ ਬਣਾਏ, ਥੋੜ੍ਹਾ ਸਲਾਦ ਬਣਾਇਆ ਤੁਸਾਂ ਅਤੇ ਨਾਲ ਕਹਿਣਾ ਚਾਰ ਰੱਖੀ ਸਕਣੇ ਹੋ ਤਾਂ ਇਹ ਤੱਕੋ ਫਟਾਫਟ ਇਤਨੀ ਨਾਈਸ ਬਿਹਤਰੀਨ ਬਣੀ ਗਿਆ। ਤਾਂ ਹੁਣ ਮੈਂ ਤੁਸਾਂ ਕੀ ਜ਼ਰਾ ਕਿ ਦੱਸਣੀ ਹੈ ਇਸਕੀ ਡਿਸ਼ ਆਊਟ ਕਰੀ ਕਿ ਤੱਕੋ ਜੀ ਬਿਸਮਿਲਲਾ ਕਰੀ ਤਾਂ ਚਾਵਲ ਬਹੁਤ ਐਂ ਤੱਕਿਆ ਕੁੱਤੇ ਮਾੜੇ ਕੀ ਯਾਦ ਆਈ ਗਈ ਹੈ ਬਈ ਮੈਂ ਬੋਲੀ ਜਾਵਾਂ ਬਿਸਮਿਲਲਾ। ਐ ਤੱਕੋ ਜੀ ਮਾਸ਼ਾਅੱਲਾ, ਇਹ ਕੋਈ ਆਖਣਾ ਸੀ ਵੀ ਦਾਲ ਯੈਲੋ ਦਾਲ ਸੌਂਖ ਸਰ ਬਣਾਉਣੇ ਹੋ ਤਾਂ ਇਹ ਤੱਕੋ ਜੀ ਮੈਂ ਬੜੇ ਬਿਹਤਰੀਨ ਤਰੀਕੇ ਨਾਲ ਬਣਾਇਆ। ਤਾਂ ਲੀਮ ਨੀ ਲੀਮ ਤਾਂ ਦਾਲ ਨੀ ਦਾਲ ਤਾਂ ਨਾ ਕੋਈ ਇਤਨੀ ਐਫਰਟ ਨਾ ਕੁਝ ਨਾ ਕੱਖ। ਤਾਂ ਮਾੜੀ ਕੀ ਬੜੀ ਪਸੰਦ ਹੈ ਉਸਨੇ ਵੀ ਫਰਮਾਇਸ਼ ਪਰ ਬਣਾਈ ਹੈ। ਤਾਂ ਸਾਰਿਆਂ ਕੀ ਹੁਣ ਬੱਚਿਆਂ ਕੀ ਭੁੱਖ ਲੱਗੀ ਪਈ ਹੈ, ਹੁਣ ਰੈਡੀ ਹੋਈ ਗਿਆ। ਤਾਂ ਤੁਸਾਂ ਕੀ ਮਾੜੀ ਰੈਸਪੀ ਪਸੰਦ ਆਈ, ਲਾਈਕ ਤਾਂ ਸ਼ੇਅਰ ਕਰਿਆ ਹੈ, ਸਬਸਕ੍ਰਾਈਬ ਕਰਿਆ ਹੈ। ਤਾਂ ਮਿਲਨੇ ਆ ਫਿਰ ਇਨਸ਼ਾਅੱਲਾ ਨਵੀਂ ਰੈਸਪੀ 'ਚ, ਤਬ ਤੱਕ ਖੁਦਾ ਹਾਫਿਜ਼।